ਉਹ ਨਸ਼ਾਰਾ ਨੰਗਲੀ ਦੇ ਵਿੱਚ ਵਾਰਦਾਤ ਹੋਈ ਹੈ ਜੀ ਬੈਂਕ ਮੰਡਰੀ ਉਹਨਾਂ ਨੇ ਗਾਣੇ ਪੈਸੇ ਖੋ ਗਏ ਤੇ ਉਹਦਾ ਗੋਟ ਲਾਗੇ ਚਵਾਰੇ ਦਾ ਵੇਖੋ ਉਹਨਾਂ ਦਾ ਢੰਗਾ ਦਾ ਸਮਾਨ ਵੀ ਪੈਗ ਹੋ ਕੇ ਲੈ ਗਏ ਔਰ ਕੋ ਚਵਾਰੇ ਕੋ ਨਸ਼ਾਰਾ ਨੰਗਲੀ ਦੇ ਵਿੱਚ ਵਾਰਦਾਤ ਹੋਈ ਹੈ ਗੋਟ ਵੀ ਲਾਤਾ ਚੋਰੇ ਦਾ ਪੈਸੇ ਵੀ ਖੋ ਕੇ ਲੈ ਗਏ ਦੇਨ ਦਿਹਾੜੇ ਵੇਲੇ ਵਾਰਦਾਤ ਹੋ ਗਈ ਜੀ ਦੋਸਤੋ ਲੁੱਟਾ ਖੋਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਕੋਈ ਵੀ ਥੋੜੀ ਜਿਨੀ ਲੁੱਟ ਕਰਨ ਆਉਂਦਾ ਤਾਂ ਦੂਸਰੇ ਬੰਦੇ ਨੂੰ ਮੋਤ ਦੇ ਘਾਟ ਤੱਕ ਉਤਾਰ ਦਿੰਦਾ ਇਸ ਤਰ੍ਹਾਂ ਦੀ ਨੋਬਤ ਪਹੁੰਚ ਚੁੱਕੀ ਆ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੀ ਆ ਕਿਸ ਤਰ੍ਹਾਂ ਦੇ ਸਰਕਾਰਾਂ ਦੇ ਸਿਸਟਮ ਨੇ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦਾ ਕਿਤੇ ਲਾਉਨ ਆਰਡਰ ਆ ਤਾਂ ਦੇਖਿਆ ਜਾਵੇ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਇਸ ਵਕਤ ਮੌਜੂਦ ਆ ਜਿੱਥੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ ਤਾ ਬੀਤੇ ਕੱਲ ਦੀ ਵੀਡੀਓ ਜਿਹਦੇ ਵਿੱਚ ਇੱਕ ਨੌਜਵਾਨ ਦਾ ਹੱਥ ਵੱਢ ਦਿੱਤਾ ਗਿਆ ਦੋ ਲੁਟੇਰੇ ਉੱਥੇ ਪਹੁੰਚਦੇ ਨੇ ਤਾਂ ਪਹੁੰਚਦੇ ਬਾਅਦ ਖੋਹ ਕਰਨ ਵਾਸਤੇ ਉਹਦੇ ਨਾਲ ਜਦੋਜਦ ਕਰਦੀ ਹੈ ਜਦੋਂ ਉਹ ਰੋਕਦਾ ਹੈ ਤਾਂ ਉਹਦਾ ਹੱਥ ਕੱਟ ਦਿੱਤਾ ਜਾਂਦਾ ਹੈ ਤਾਂ ਨਸ਼ਹਿਰਾ ਕਲਾ ਦੇ ਉੱਤੇ ਮੌਜੂਦ ਆ ਸੀ ਨਸ਼ਹਿਰਾ ਕਲਾ ਪਿੰਡ ਦੇ ਵਿੱਚ ਜਿੱਥੇ ਕਿ ਇਹ ਸਾਰਾ ਕਟਨਾ ਜਿਹੜੀ ਹੋਈ ਆ ਤਾਂ ਖੂਨ ਦਾ ੱੱਬੇ ਦੇਖ ਸਕਦੇ ਜੇ ਆ ਖੂਨ ਉਸੇ ਨੌਜਵਾਨ ਦਾ ਜਿਹੜੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਜੇ ਇਹ ਉਹੀ ਨੌਜਵਾਨ ਦਾ ਖੂਨ ਹੈ ਜਿੱਥੇ ਕਿ ਸੜਕ ਦੇ ਉੱਤੇ ਡੁੱਲ ਪਿਆ ਸੀ ਜਦੋਂ ਉਨਾ ਵਲੋਂ ਦੋ ਜਿਹੜੇ ਲੁਟੇਰੇ ਆਏ ਸਨ ਜਿਨ੍ਹਾਂ 'ਵਲੋਂ ਹਮਲਾ ਕੀਤਾ ਗਿਆ ਸੀ ਤਾਂ ਉਸੇ ਵਕਤ ਇਹਦਾ ਹੱਥ ਕੱਟ ਦਿੱਤਾ ਗਿਆ ਸੀ ਆਸ-ਪਾਸ ਦੇ ਜਿਹੜੇ ਲੋਕ ਉੱਥੇ ਸੀ ਸ਼ਮਸ਼ਾਨ ਇਲਾਕੇ ਕੋਈ ਜ਼ਿਆਦਾ ਸੀ ਇਹ ਨਹੀਂ ਕਹਿ ਸਕਦੇ ਕਿ ਰੱਸ਼ ਪੈਂਦਾ ਜ਼ਿਆਦਾ ਲੋਕ ਇੱਥੇ ਨਜ਼ਰ ਆਉਂਦੇ ਨੇ ਇਹ ਨਹੀਂ ਅਸੀਂ ਕਹਿ ਸਕਦੇ ਜਿਹਦਾ ਫਾਇਦਾ ਚੁੱਕਿਆ ਇਹਨੇ ਲੁਟੇਰਿਆ ਨੇ ਤਾਂ ਲੁੱਟ ਕੇ ਪੈਸੇ ਰਫੂ ਚੱਕਰ ਹੋ ਗਏ ਤਾਂ ਕੁਝ ਚਸ਼ਮਦੀਦ ਵੀ ਇੱਥੇ ਮੌਜੂਦ ਆ ਜਿਹੜੇ ਕਿ ਮੌਕੇ ਤੇ ਮੌਜੂਦ ਸੀ ਕੁਝ ਘਰ ਹੈਗੇ ਸਨ ਕੁਝ ਇੱਕ ਦੁੱਧ ਦੀ ਡੇਰੀ ਸੀ ਤਾਂ ਉਹ ਲੋਕ ਭੱਜ ਕੇ ਉਸੇ ਨੌਜਵਾਨ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਉਸ ਜ਼ਖਮੀ ਨੌਜਵਾਨ ਨੂੰ ਪਛਾਣਿਆ ਜਿਹਦਾ ਹੱਥ ਕੱਟ ਦਿੱਤਾ ਗਿਆ ਸੀ ਪਾਜੀ ਨਾਮ ਕੀ ਤੁਹਾਡਾ ਮੇਰਾ ਨਾਮ ਹਰਸ਼ਮਰਨ ਜੋਸ ਸਿੰਘ ਹਰਜੀ ਹਰਸ਼ਮਰਨ ਜੀ ਕੀ ਹੋਇਆ ਕਿਸੇ ਕਿਸ ਤਰੀਕੇ ਨਾਲ ਹੋਇਆ ਸਾਰਾ ਦੱਸੋ ਕਿਉਂਕਿ ਮੌਕੇ ਤੇ ਤੁਸੀਂ ਮੌਜੂਦ ਸੀ ਮੈਂ ਮੌਕੇ ਤੇ ਨਹੀਂ ਸੀ ਮੈਂ ਇਦਾਂ ਘਰੇ ਆਹੀਂ ਪੱਠੇ ਪਾ ਰਹੇ ਸੀ ਤੇ ਅਹੀਂ ਵੇਖਿਆ ਕਿ ਇੱਥੇ ਟਰੈਕਟਰ ਵਗੈਰਾ ਮੋਟਰਸਾਈਕਲ ਕਾਫੀ ਖਲੋਤੇ ਆ ਤੇ ਮੈਂ ਪਾਪਾ ਨੂੰ ਕਿਹਾ ਕਿ ਜਾਓ ਵੇਖਿਓ ਕੀ ਹੋਇਆ ਐਕਸੀਡੈਂਟ ਹੋਇਆ ਤੇ ਉਥੇ ਆ ਕੇ ਪਾਪਾ ਨੇ ਵੇਖਿਆ ਉਹਨਾਂ ਨੇ ਮੈਨੂੰ ਵਾਅਦਾ ਦਿੱਤਾ ਕਿ ਜਾ ਕੇ ਪਾਣੀ ਫੜ ਕੇ ਲਿਆ ਤੇ ਮੈਂ ਆ ਕੇ ਵੇਖਿਆ ਉਹਦਾ ਹੱਥ ਲੱਥਾ ਪਿਆ ਹੋਇਆ ਹੈਗਾ ਤੇ ਪਾਪਾ ਨੇ ਚੌਕੇ ਦੇ ਸੜਕ ਤੇ ਲੰਮਾ ਪਿਆ ਹੈ ਤੇ ਪਾਪਾ ਨੇ ਚੌਕਿਆ ਨੇ ਮਸਲੇ ਕਰਤਾ ਕੀ ਪਤਾ ਕੀ ਲੱਗਾ ਸੀ ਕੋਣ ਹੈਗਾ ਸੀ ਨੌਜਵਾਨ ਪਤਾ ਕੁਝ ਨੌਜਵਾਨ ਬੈਂਕ ਦਾ ਹੈਗਾ ਕੋਈ EMPLOYEE ਹੀ ਕਿਸਤਾਂ ਕਸਾਂ ਇਕੱਠੀਆਂ ਕਰਦੇ ਜਿਹੜੇ ਪਿੰਡਾਂ ਚੋਂ ਨਾ ਸਮਾਨ ਦਿੰਦੇ ਨੇ ਰੈਂਟ ਤੋਂ ਉਹਨਾਂ ਦੀਆਂ ਕਿਸਤਾਂ ਕੁੱਥੀਆਂ ਇਕ ਤੇ ਉਹ ਇਕੱਠੀਆਂ ਕਰਕੇ ਆਇਆ ਤੇ ਉਹ ਉਹਦੇ ਪਿੱਛੋਂ ਕਿਤੇ ਕੋਈ ਪਿੱਛੇ ਲੱਗ ਗਿਆ ਉਹ ਪਤਾ ਨਹੀਂ ਲੱਗਾ ਉਹਨੂੰ ਵਿਚਾਨੂੰ ਜਦੋਂ ਨਾ ਬੈਕ ਹੋਇਆ ਉਹਨੇ ਅੱਗੇ ਹੱਥ ਕੀਤਾ ਦੋਨਾਂ ਹੱਥੇ ਮਾਰ ਕੇ ਦਾਤਰ ਤੇ ਬੈਗ ਲੈ ਕੇ ਨਿਕਲ ਗਏ ਕੌਣ ਸੀ ਇਹਦੇ ਬਾਰੇ ਪਛਾਣ ਹੋਈ ਕੋਈ ਸੀਸੀਟੀਵੀ ਆਈ ਹੋਵੇ ਜਿੱਦੇ ਵਿੱਚ ਪਤਾ ਲੱਗਦਾ ਹੋਵੇ ਕੌਣ ਸੀ ਸਰਦਾਰ ਸੀ ਮੋਹਨੇ ਸੀ ਜਾਂ ਕੌਣ ਸੀ ਕਿਸ ਤਰੀਕੇ ਦੇ ਕਿ ਕਿਆ ਜਾ ਰਿਹਾ ਕਿ ਚੋਲਾ ਪਾਇਆ ਸੀ ਕਿਸ ਨੇ ਨੰਗਵਾਲਾ ਚੋਲਾ ਪਾਇਆ ਸੀ ਚੋਲਾ ਤੇ ਜਰੂਰ ਨੰਗਾਲਾ ਸੀ ਅੰਦਰ ਪਤਾ ਨਹੀਂ ਬੰਦੇ ਕਿਦਾਂ ਦੇ ਸੀ ਪਰ ਇਹ ਵਾਕੇ ਬੇ ਰੁਪਏ ਵੀ ਹੋ ਸਕਦੇ ਆ ਬੇ ਰੁਪਏ ਵੀ ਹੋ ਸਕਦੇ ਆ ਜੀ ਤੇ ਮੂੰਹ ਉਹਨਾਂ ਟੱਕੇ ਹੋਏ ਸੀ ਤੇ ਨਿਕਲ ਅੱਗੇ ਨੂੰ ਗਏ ਅੱਗੋਂ ਜਾ ਕੇ ਪਤਾ ਨਹੀਂ ਲੱਗਾ ਕਿ ਕਿਧਰ ਨੂੰ ਜਰਗੇ ਉਹਨਾਂ ਦੀ ਇੱਕ ਅੱਧੀ ਫੋਟੋ ਸ਼ਾਇਦ ਵਾਇਰਲ ਹੋਣ ਦੀ ਹੈ ਉੱਥੋਂ ਦੇ ਸਮੇਸ਼ ਹੈ ਬਣੀ ਜੋ ਜੀ ਜੀ ਆਹੋ ਤਾਂ ਇਹ ਜਿਹੜਾ ਨੌਜਵਾਨ ਜ਼ਖਮੀ ਹੋਇਆ ਸੀ ਉਹਨੇ ਦੱਸਿਆ ਸੀ ਮੈਂ ਕਿਹੜੇ ਬੈਂਕ ਦਾ EMPLOYEE ਹਾਂ ਨਹੀਂ ਉਹਨੇ ਇਹ ਨਹੀਂ ਦੱਸਿਆ ਪ੍ਰਾਈਵੇਟ ਸਰਕਾਰੀ ਇਹਨੇ ਦੱਸਿਆ ਉਹਨੇ ਬਸ ਉਹਨੇ ਆਪਣੇ ਕਿਹਾ ਕਿ ਮੇਰੇ ਫੋਨ ਕਰ ਦੋ ਘਰ ਕਰ ਦੋ ਕਿਤੇ ਕਰ ਦੋ ਤੇ ਇਥੋਂ ਕਿਸੇ ਨੇ ਉਹਦੇ ਨੌਜਵਾਨ ਦਾ ਫੋਨ ਲੈ ਕੇ ਉੱਥੇ ਫੋਨ ਕਰਤਾ ਤੇ ਬਾਅਦ ਉਹਦੇ ਜਿਹੜੇ ਬੈਂਕ ਵਾਲੇ ਸੀ ਉਹ ਆਣ ਕੇ ਤੇ ਲੈ ਗਏ ਉਹਨੂੰ ਚਲੇ ਗਏ ਲੈ ਕੇ ਚਲੇ ਗਏ ਹਾਂਜੀ ਤਾਂ ਪੁਲਿਸ ਪਹੁੰਚੀ ਸੀ ਮੌ ਪੁਲਸ ਤੋਂ ਬਾਅਦ ਆਈ ਆ ਪਰ ਮੌਕੇ ਤੇ ਚਲੋ ਟਾਈਮ ਲੱਗਦੇ ਪੁਲਸ ਨੂੰ ਕਿੰਨੀ ਦੂਰੀ ਵਿੱਚ ਥਾਣਾ ਇਥੋਂ ਚੌਂਕੀ ਆ ਥਾਣਾ ਕਿੰਨੀ ਦੂਰੀ ਤੇ ਚੌਂਕੀ ਬਲਕ ਬਲਕਲਾਂ ਦੇ ਆ ਜੀ ਤੇ ਪੁਲਸ ਆਈਏ ਕੋਈ 15 20 ਮਿੰਟ ਬਾਅਦ ਪੁਲਸ ਆਈ ਆ ਉਹਨਾਂ ਜਿਹਨੂੰ ਇਹ ਵਗੇ ਫਿਰ ਉਹਨਾਂ ਨੇ ਆਣ ਕੇ ਪੁਲਿਸ ਨੇ ਛਾਣਬੀਨ ਕੀਤੀ ਆ ਆਲੇ-ਦਾਲੇ ਵੇਖਿਆ ਵਾ ਪਰ ਇਹ ਕੋਈ ਸਰਾਖ ਲਾਬ ਦੇ ਨਹੀਂ ਅਜੇ ਤੱਕ ਮੇਰੇ ਖਿਆਲ ਕੋਈ ਮਿਲਿਆ ਨਹੀਂ ਉਹਨਾਂ ਨੂੰ ਬਿਲਕੁਲ ਇਹ ਤਰੀਕ ਦੇਖ ਸਕਦੇ ਜਿਹੜੀ ਵੀਡੀਓ ਦੇ ਵਿੱਚ ਵਾਇਰਲ ਹੋਈ ਹੈ ਨੌਜਵਾਨ ਜਦੋਂ ਸੜਕ ਦੇ ਉੱਤੇ ਡਿੱਗ ਪੈਂਦਾ ਤਾਂ ਇਹ ਇਲਾਕਾ ਨਿਵਾਸੀਆ ਵੱਲੋਂ ਚੁੱਕ ਕੇ ਇਸ ਨੌਜਵਾਨ ਨੂੰ ਇੱਥੇ ਬਿਠਾਇਆ ਜਾਂਦਾ ਤਾਂ ਬਿਠਾਣ ਤੋਂ ਬਾਅਦ ਇਸ ਜਗ੍ਹਾ ਤੋਂ ਤੁਸੀਂ ਤਸਵੀਰ ਤੁਸੀਂ ਦੇਖ ਵੀ ਲੀਤੀ ਹੈ ਕਿ ਇਸ ਜਗ੍ਹਾ ਦੇ ਉੱਤੇ ਇਹ ਨੌਜਵਾਨ ਬੈਠਾ ਹੋਇਆ ਤੇ ਹੱਥ ਉਹਦੇ ਲਾਗੇ ਪਿਆ ਜਿਹੜਾ ਹੱਥ ਕੱਟਿਆ ਗਿਆ ਸੀ ਉਹ ਲਾਗੇ ਪਿਆ ਤਾਂ ਸਵਾਲ ਉੱਠਦੇ ਨੇ ਪ੍ਰ ਕਿਉਂ ਜਾਨੋ ਮਾਰਨ ਤੋਂ ਜਾਂ ਜਾਨੋ ਮਾਰਨ ਦੀ ਕੋਸ਼ਿਸ਼ਾਂ ਤੋਂ ਲੋਕ ਬਾਜ਼ ਕਿਉਂ ਨਹੀਂ ਆਉਂਦੇ ਲਗਾਤਾਰ ਕਟਨਾਵਾ ਅੰਮ੍ਰਿਤਸਰ 'ਚ ਸਾਹਮਣੇ ਆ ਰਹੀ ਹੈ ਨੇ ਨਾਮ ਕੀ ਤੁਹਾਡਾ ਮਿਰਨਾ ਰਮਨਿਕ ਸਿੰਘ ਜੀ ਮੈਂ ਨਾਲ ਦੀ ਪੰਚਾਇਤ ਦਸ਼ਮੀਸ਼ਾਵੀ ਨੂੰ ਦਾ ਨਿਵਾਸੀ ਆ ਇਸ ਰੋਡ ਸਾਡੇ ਹੀ ਪੰਚਾਇਤ ਨੂੰ ਹੀ ਜਾਂਦੀ ਆ ਤੇ ਕੱਲ ਜਦੋਂ ਪਤਾ ਲੱਗਾ ਕਿ ਗੁੱਟ ਵੱਡ ਦਾ ਤੇ 10-15000 ਪਿੱਛੇ ਕਿ ਇੰਨਾ ਬੁਰਾ ਹਾਲ ਲੋਕਾਂ ਦਾ ਭੁੱਖ ਮੱਚੀ ਪਈ ਆ ਜਿ세 ਲੋਕੀ ਕਰੋਨਾ ਨਾਲ ਮਰੰਦੇ ਆ ਉੱਥੇ ਲੋਕ ਅਜੇ ਵੀ ਵਾਰਦਾਤਾਂ ਤੋਂ ਬਾਜ਼ ਨਹੀਂ ਆ ਰਹੇ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਤੇ ਪੰਡੋਰੀ ਵੜਾਂਚ ਵਿੱਚ ਇੱਕ ਲੜਕੀ ਦਾ ਕਤਲ ਕਰਕੇ ਉਹਦੀ ਹਿੱਕ ਦੇ ਉੱਤੇ ਪਿਸਤੌਲ ਰੱਖ ਕੇ ਇਨੇ ਡਰ ਹੋਏ ਪਏ ਆ ਗੈਂਗਸਟਰ ਜਾਂ ਬਦਮਾਸ਼ ਉਸ ਤੋਂ ਬਾਅਦ ਉਸੇ ਦਿਨ ਹੀ ਕਨਸਰਨਡ ਥਾਣਾ ਚੌਂਕੀ ਬਾਲਕਲਾ ਉਥੇ ਦੇ ਜਿਹੜਾ ਏਐਸਆਈ ਆ ਉਹਨੂੰ ਵੀ ਗੱਡੀ ਥੱਲੇ ਰੋਂਦਿਆ ਗਿਆ ਉਹ ਅੱਜ ਸਕਾਟ ਦੇ ਵਿੱਚ ਦਾਖਲ ਆ ਪ੍ਰਸ਼ਾਸਨ ਨੂੰ ਬੇਨਤੀ ਇਹੀ ਆ ਕੀ ਲੋਕਾਂ ਦੀ ਇਫਾਜ਼ਤ ਕਰਨਾ ਤੁਹਾਡਾ ਫਰਜ਼ ਆ ਪਹਿਲੋਂ ਆਪਣੀ ਇਫਾਜ਼ਤ ਵੀ ਕਰ ਲੈਣਾ ਪਰਸੋਂ ਚੌਰਸ ਜਗਰਾਉਂ ਦੇ ਵਿੱਚ ਦੋ ਮੁਲਾਜ਼ਮਾਂ ਦਾ ਕਤਲ ਸ਼ਰੀਆਮ ਕਰ ਦਿੱਤਾ ਗਿਆ ਪੁਲਿਸ ਕੋ ਅਜੇ ਤੱਕ ਛਾਪੇ ਮਾਰੀ ਛਾਪੇ ਮਾਰੀ ਬਸ ਇੱਕੋ ਗੱਲ ਆ ਕੁਝ ਵੀ ਕਰ ਰਹੇ ਆ ਜਾਂਚ ਕਰ ਰਹੇ ਆ ਬਸ ਜਾਂਚ ਹੀ ਨੀ ਮੁੱਕਦੀ ਲੋਕਾਂ ਨੂੰ ਭਰੋਸਾ ਦੇਣ ਨੂੰ ਜਾਂਚ ਕਰ ਰਹੇ ਆ ਕੁਝ ਨਹੀਂ ਹੋ ਰਿਹਾ ਪਿਛਲੀ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਮਹੀਨਿਆਂ ਦੀ ਸਾਡੀ ਪੰਚਾਇਤ ਦੇ ਵਿੱਚ ਇੱਕ ਨੌਜਵਾਨ ਮੁੰਡੇ ਨੂੰ ਦੋਵਾਂ ਬਾਵਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਜਨੂਰੀ ਦੀ ਗੱਲ ਹੈ ਅੱਜ 5 ਮਹੀਨੇ ਹੋ ਗਏ ਕੋਈ ਅਰੈਸਟ ਨਹੀਂ ਹੋਈ ਸਿਰਫ ਇੱਕ ਅਰੈਸਟ ਹੋਈ ਜਿਹੜੀ ਅਸੀਂ ਮੌਕੇ ਤੇ ਕਰਵਾਈ ਕੁਲਵੰਤ ਸਿੰਘ ਜਾਂ ਔਕੀਨ ਚਾਰਜ ਜਿਹੜਾ ਸਿਰੇ ਦਾ ਕਰਪਟ ਬੰਦਾ ਆ ਸਾਰਿਆਂ ਨੂੰ ਪਤਾ ਉਹ ਪੈਸੇ ਵੀ ਲੈਂਦਾ ਹੈ ਸਭ ਕੁਝ ਕਰਦਾ ਹੈ ਉਲਟਾ ਜਿਹਦੇ ਮੁੰਡੇ ਤੇ ਗੋਲੀਆਂ ਵਜੀਆਂ ਉਹਦੇ ਕੋਲੋਂ ਉਹਨੇ ਪੈਸੇ ਵੀ ਲਏ ਤੇ ਦੂਜੀ ਪਾਰਟੀ ਦਾ ਰਾਜੀ ਨਵੇਂ ਵਾਸਤੇ ਦਬਾਅ ਬਣਾਉਂਦਾ ਰਿਹਾ ਸੋ ਇਹ ਕਰਪਸ਼ਨ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਡੇ ਕਨਸਰਨਡ ਅਸੀਂ ਇਹ ਇਹਦੀ ਐਪਲੀਕੇਸ਼ਨ ਸੌਰੀ ਐਪਲੀਕੇਸ਼ਨ ਨਹੀਂ ਅਸੀਂ ਇਹ ਧਿਆਨ ਵਿੱਚ ਸ਼ਿਕਾਇਤ ਨਿਵਰਨ ਕਮੇਟੀ ਦੇ ਮੈਂਬਰ ਉਹਨਾਂ ਨੂੰ ਵੀ ਦੱਸਿਆ ਹੋਰ ਵੀ ਲਾਗਣ ਵਾਲਿਆਂ ਨੂੰ ਦੱਸਿਆ ਤੇ ਕਦੇ ਤਾਂ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਜਿੱਦਾਂ ਕੱਲ 10-15000 ਰੁਪਏ ਪਿੱਛੇ ਹੋਈ ਇਹਨੇ ਕੁ ਪੈਸੇ ਤੇ ਹਰ ਕੋਈ ਬੰਦਾ ਲੈ ਕੇ ਕੈਰੀ ਕਰਦਾ ਫਿਰ ਇਹ ਦਿਨਾਂ ਦੇ ਘਰੋਂ ਨਿਕਲਣਾ ਹੀ ਬੰਦ ਕਰ ਦੇਣਾ ਚਾਹੀਦਾ। ਹਾਲੇ ਵੀ ਹੈ ਕਿ ਪੈਸੇ ਕਿੰਨੇ ਸੀ ਉਹਦੀ ਜੇ ਦੇਖਿਆ ਜਾਵੇ ਤਾਂ ਸਿਰਫ ਪੈਸੇ ਦੀ ਗੱਲ ਕੋਈ ਕੀਤੀ ਸੀ ਉਹਨੇ ਕਿ ਕਿੰਨੇ ਪੈਸੇ ਸੀ ਮੇਰੇ ਕੋਲ। ਨਹੀਂ ਉਹ ਜਿਹੜਾ ਇਹਨਾਂ ਦਾ ਕੰਮ ਵਾਲਾ ਮੁੰਡਾ ਹੀ ਉਹਨੇ ਦੇਖੋਗਾ ਮੇਰੇ ਕੋਲ 10-15000 ਦੇ ਕੋਲ ਕਰੀਬ ਮੇਰੇ ਕੋਲ ਪੈਸੇ ਸੀ। ਉਹ ਵੀ ਪੇਮੈਂਟ ਇਕੱਠੀਆਂ ਕਰਕੇ ਲਿਆਉਣ ਰਿਹਾ ਸੀ। ਹੁਣ ਪਤਾ ਨਹੀਂ ਉਹ ਕਿੰਨੇ ਹੋ ਕਿ ਇਸੇ ਹੀ ਦੱਸਦਾ ਜਾਂ ਉਹ ਲੈਣ ਵਾਲਿਆਂ ਨੂੰ ਪਤਾ ਹੈਗਾ ਉਹ ਕੀ ਕਰਗੇ ਕਿੰਨੇ ਲੈ ਲੋ ਜੇ 10 15000 ਕਹਿ ਰਿਹਾ 500 ਵੀ ਨਿਕਲ ਦਦੇ ਉਹਦਾ ਦੇ ਕੰਮ ਕਰ ਗਏ ਨਾ ਸ਼ਰਮ ਦੀ ਗੱਲ ਹੈ ਸ਼ਰਮ ਦੀ ਗੱਲ ਹੈ ਕਿ ਥੋੜੇ ਜਿਹੇ ਨੇ ਪੈਸੇ ਇਸੇ ਵੜ ਦਿੱਤਾ ਹੱਥ ਵੜ ਦਿੱਤਾ ਉਸ ਬੰਦਾ ਸਾਰੀ ਥੋੜੇ ਜਿਹੇ ਨੇ ਪੈਸੇ ਇਸੇ ਵੜ ਦਿੱਤਾ ਹੱਥ ਵੜ ਦਿੱਤਾ ਉਸ ਬੰਦਾ ਸਾਰੀ ਉਮਰ ਕਿਸੇ ਜੋਗ ਨਹੀਂ ਰੋਟੀ ਖਾਂਣ ਤੱਕ ਜੋਗ ਨਹੀਂ ਉਹਦਾ ਰਾਈਟ ਹੈਂਡ ਵੜਿਆ ਉਹਨਾਂ ਨੇ ਹੈਰਾਨਗੀ ਦੀ ਗੱਲ ਹੈ ਕਿ ਸ਼ਰਮ ਦੀ ਗੱਲ ਹੈ ਸ਼ੇਮ ਸਰਕਾਰ ਵਾਸਤੇ ਵੀ ਤਾਂ ਪ੍ਰਸ਼ਾਸਨ ਵਾਸਤੇ ਵੀ ਜਿਨ੍ਹਾਂ ਦੇ ਅ ਕਾਰਜ ਪ੍ਰਣਾਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਕਟਨਾਵਾ ਰੋਜ਼ ਹੀ ਸਾਹਮਣੇ ਆ ਰਹੀਆਂ ਸੀ ਇੱਕ ਦਿਨ ਦੀ ਨਹੀਂ ਕਵਾਂਗੇ ਰੋਜ਼ ਹੀ ਇਸ ਤਰ੍ਹਾਂ ਦੀ ਕਟਨਾਵਾ ਸਾਹਮਣੇ ਆਉਂਦੀਆਂ ਪਿਆਨੇ ਤਾਂ ਕਿਸ ਤਰ੍ਹਾਂ ਦੇਖ ਦੀਜੀਏ ਪੰਜਾਬ ਦੀ ਜਿਹੜਾ ਸਿਸਟਮ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਦੇਖੀਏ ਵੇਖੋ ਇਸ ਟਾਈਮ ਤੇ ਪੰਜਾਬ ਦਾ ਸਿਸਟਮ ਬੁਰੀ ਤਰ੍ਹਾਂ ਫੇਲ ਹੋਇਆ ਆ ਜੇ ਉਹ ਕਿੰਨੇ ਵਿਚਾਰੇ ਦੀ 10-15000 ਸੈਲਰੀ ਨਹੀਂ ਹੋਣੀ ਕਰੋਨਾ ਦੇ ਟਾਈਮ ਦੇ ਵਿੱਚ ਉਹ ਘਰਾਂ ਘਰਾਂ ਜਾ ਕੇ ਆਪਣੀ ਜਾਨ ਨੂੰ ਰਿਸਕ ਦੇ ਕੇ ਲੋਕਾਂ ਕੋਲ ਕਿਸ ਤਰ੍ਹਾਂ ਇਕੱਠੀਆਂ ਕਰਨ ਰਿਆ ਤੇ ਜੇ ਆਹ ਹਾਲਾਤ ਬਣ ਜਾਣਗੇ ਤੇ ਫਿਰ ਉਹ ਕਿਦਾਂ ਅੱਗੇ ਜਾ ਕੇ ਨੌਕਰੀ ਕਰਨਗੇ ਲੋਕ ਜਾਂ ਕਿਦਾਂ ਸੇਫ ਮਹਿਸੂਸ ਕਰਨਗੇ ਸੋ ਹਾਲਾਤ ਬਹੁਤ ਬੁਰੇ ਆ ਜੀ ਆ ਥੋੜੇ ਦਿਨਾਂ ਦੇ ਵਿੱਚ ਇੰਨਾ ਕੁਝ ਵੇਖ ਲਿਆ ਕਿ ਸਾਡੇ ਤੇ ਘਰ ਦੇ ਵੀ ਕਹਿੰਦੇ ਆ ਕਿ ਆਪਣਾ ਧਿਆਨ ਰੱਖਿਆ ਕਰੋ ਘਰ ਬਿਨਾ ਮਤਲਬ ਤੋਂ ਘਰੋਂ ਬਾਹਰ ਨਾ ਜਾਓ ਕਰੋਨਾ ਦਾ ਤੇ ਡਰ ਹੈਗਾ ਹੀ ਹੈਗਾ ਨਵਾਂ ਡਰ ਲੋਕਾਂ ਨੇ ਲੁੱਟਾਂ ਖੋਹਾਂ ਦਾ ਬਾਦ ਦਾ ਕਿ ਪੁਲਿਸ ਵੀ ਸੁਰੱਖਿਤ ਨਹੀਂ ਆ ਗਈ ਆਮ ਲੋਕਾਂ ਨੇ ਤੇ ਬਾਅਦ ਹੀ ਕਹ ਲੈ ਪੁਲਿਸ ਵੀ ਸੁਰੱਖਿਤ ਨਹੀਂ ਆ ਗਈ ਤੇ ਅਸੀਂ ਦੇ ਹੱਥ ਬਨ ਕੇ ਹੀ ਬੇਨਤੀ ਆ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਸਾਡਾ ਇਲਾਕਾ ਬੜੀ ਸਹਿਮ ਦੇ ਵਿੱਚ ਆ ਸਾਡੀਆਂ 4-5 ਪੰਚਾਇਤਾਂ ਦੇ ਵਿੱਚ ਬਹੁਤ ਵਾਰ ਦਤਾਂ ਹੁੰਦੀਆਂ ਵਾ ਸਾਡੀਆਂ ਦੋ ਪੰਚਾਇਤਾਂ ਨੂੰ ਥਾਣਾ ਹੇਰ ਕੰਬੋ ਬਾਲਕਲਾਂ ਚੌਂਕੀ ਆ ਦੋਹਾਂ ਨੂੰ ਮਜੀਠਾ ਰੋਡ ਚੌਂਕੀ ਆ ਦੋਵੇਂ ਹੀ ਬਿਲਕੁਲ ਕੰਮ ਕਰਦੇ ਨਹੀਂ ਇੱਕ ਦੂਰੀ ਦੇ ਵਿੱਚ ਹੈ ਥਾਣਾ ਜਾਂ ਚੌਂਕੀ ਜੇ ਆਪਾਂ ਬਾਲਕਲਾਂ ਦੀ ਗੱਲ ਕਰੀਏ ਤਾਂ ਉਹ ਕਿੱਥੋਂ ਤਕਰੀਬਨ 4 ਕਿਲੋਮੀਟਰ ਪੈ ਰਿਹਾ ਪਰ ਉਹਦੇ ਵਿੱਚ ਦੱਸਣਾ ਚਾਹੁੰਨਾ ਵਾਂ ਪ੍ਰਸ਼ਾਸਨ ਨੂੰ ਇਹ ਚੀਜ਼ ਦੱਸਣਾ ਚਾਹੁੰਨਾ ਕਿ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਬਹੁਤ ਘਟਿਆ ਬਾਲਕਲਾਂ ਵਾਲੇ ਚੌਂਕੀ ਵਾਲੇ ਕਹਿੰਦੇ ਸਾਡੇ ਕੋਲ ਸਟਾਫ ਹੀ ਬਹੁਤ ਘਟਿਆ ਜਿੰਨੇ ਹੀ ਸਾਡੇ ਕੋਲ ਕਵਰੇਜ ਆ ਪਿੰਡਾਂ ਦੀ ਜਿੱਡੇ ਵੱਡੇ ਵੱਡੇ ਪਿੰਡ ਆ ਉਸ ਮੁਤਾਬਕ ਸਾਡੇ ਕੋਲ ਸਟਾਫ ਹੀ ਨਹੀਂ ਹੈਗਾ ਉਹਨਾਂ ਦੀ ਇਹ ਜ਼ੁਬਾਨੀ ਹੁੰਦੀ ਆ ਔਨ ਦਾ ਰਿਕਾਰਡ ਬੋਲਣਾ ਬੋਲਣ ਪਰ ਆਫ ਦਾ ਰਿਕਾਰਡ ਸਾਡੇ ਕੋਲ ਗੱਲਾਂ ਹੁੰਦੀਆਂ ਵਾਂ ਅਸੀਂ ਉਹਨਾਂ ਨਾਲ ਕਿਤੇ ਮੇਲਜੋਲ ਹੋਲ ਵੀ ਜਾਂਦਾ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਨਹੀਂ ਹੈਗਾ ਅਸੀਂ ਕਰੀਏ ਤੇ ਮੀਠਾ ਰੋਡ ਚੌਂਕੀ ਦੀ ਗੱਲ ਕਰੀਏ ਉਸ ਰੁਪਏ ਦੇ ਦੋ ਪੈਸੇ ਦੇ ਤੋਂ ਕੋਈ ਵੀ ਕ ਕੋਈ ਜੈਨੂਨ ਕੰਮ ਆ ਕੋਈ ਥਾਣੇ ਤੇ ਉਥੇ ਕੰਮ ਪੈਂਦਾ ਉਹਨ ਲੋਕਾਂ ਨੂੰ ਆਸੀ ਨੁਮਾਇੰਦੇ ਆ ਲੋਕਾਂ ਦੇ ਜੇ ਉਥੇ ਜਾ ਕੇ ਕੋਈ ਕੰਮ ਕਰਦੇ ਆ ਤੇ ਜੇ ਅਸੀਂ ਲੋਕਾਂ ਕੋ ਪੈਸੇ ਦਿਵਾਉਣ ਲੱਗ ਪਏ ਤੇ ਸਾਡੇ ਤੇ ਲਾਨ ਤੇ ਆਣਾ ਸੋ ਸਿਸਟਮ ਨੂੰ ਸੋਚਣ ਦੀ ਗੱਲ ਆ ਜੇ ਇਹੋ ਜੀ ਕੋਈ ਕੰਪਲੇਂਟ ਅਸੀਂ ਕਿਸੇ ਦੇ ਕਰਦੇ ਆ ਉਹਨੂੰ ਹੱਲ ਕਰਨਾ ਚਾਹੀਦਾ ਉਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਇਹ ਨਹੀਂ ਕਿ ਕਹਿ ਦੇਣਾ ਚਾਹੀਦਾ ਕਿ ਤੁਸੀਂ ਇਦਾਂ ਕਰਦੇ ਜੇ ਤੁਸੀਂ ਉਦਾਂ ਕਰਦੇ ਜੇ ਅਸੀਂ ਕੁਝ ਬੋਲਦੇ ਆ ਤੇ ਉਹਦਾ ਕੋਈ ਮਤਲਬ ਹੁੰਦਾ ਜੇ ਪਬਲਿਕ ਕੋਈ ਬੋਲਦੀ ਹੋ ਤਾਂ ਕਿ ਮਤਲਬ ਹੁੰਦਾ ਸੋ ਲੋ ਐਂਡ ਆਰਡਰ ਨੂੰ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਬਿਲਕੁਲ ਸਹੀ ਗੱਲ ਹੈ ਇਹਨਾਂ ਵੱਲੋਂ ਕਹਿ ਜਾਰੀਆ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਅਸੀਂ ਕੀ ਜਾਈਏ ਪੁਲਿਸ ਪ੍ਰਸ਼ਾਸਨ ਆਫ ਰਿਪੋਰਟ ਦੇ ਵਿੱਚ ਇਹ ਕਹਿੰਦੀਆਂ ਨੇ ਕਿ ਸਾਡੇ ਕੋਲ ਸਟਾਫ ਹੀ ਨਹੀਂ ਹੈਗਾ ਤੇ ਸਟਾਫ ਹੋਏਗਾ ਤਾਂ ਅਸੀਂ ਲੋਕਾਂ ਦੀ ਸੁਰੱਖਿਆ ਵਾਸਤੇ ਪਹੁੰਚਾਂਗੇ ਕਾਫੀ ਵੱਡੇ ਪਿੰਡ ਨੇ ਕਾਫੀ ਵੱਡਾ ਏਰੀਆ ਤਾਂ ਇਸ ਏਰੀਆ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਪਹੁੰਚੀਏ ਕਿਉਂਕਿ ਬੰਦੇ ਹੀ ਚੌਂਕੀ ਦੇ ਵਿੱਚ 4-5 ਨੇ ਤਾਂ ਪੁਲਿਸ ਪਰ ਸ਼ਾਸਨ ਦੇ ਉੱਤੇ ਸਵਾਲ ਤੇ ਜਰੂਰ ਉੱਠਦੇ ਨੇ ਤਾਂ ਸਰਕਾਰਾਂ ਉੱਤੇ ਵੀ ਉੱਠਦੇ ਨੇ ਕਿ ਸਰਕਾਰਾਂ ਵੱਲੋਂ ਚਾਹੀਦਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਪੁਖਤਾ ਕਰਦਿਆ ਹੋਇਆ ਸਟਾਫ ਵੀ ਵਧਾਇਆ ਜਾਵੇ ਤਾਂ ਨਕੇਲ ਕੱਸੀ ਜਾਵੇ ਉਹਨਾਂ ਪੁਲਿਸ ਮਲਾਜ਼ਮਾਂ ਉੱਤੇ ਵੀ ਜਿਹੜੇ ਸਿਰਫ ਤੇ ਸਿਰਫ ਪੈਸੇ ਕਰਕੇ ਹੀ ਚੱਲਦੇ ਨੇ ਪੈਸੇ ਹੋਣਗੇ ਤੇ ਚੱਲਾਂਗੇ ਨਹੀਂ ਤੇ ਫਿਰ ਨਹੀਂ ਚੱਲਾਂਗੇ ਫਿਲਹਾਲ ਇੱਕ ਵਾਰੀ ਫਿਰ ਦੱਸ ਦਿੰਨੇ ਆ ਕਿ ਨਸ਼ਹਿਰਾ ਕਲਾ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਖੂਨ ਦੇ ਤੱਬੇ ਦੇਖ ਸਕਦੇ ਜਿਹੜੇ ਕਿਹ ਖੂਨ ਦੇ ਤੱਬੇ ਨੇ ਕਾਫੀ ਖੂਨ ਰੁੜਿਆ ਸੀ ਜਿਹੜੀ ਸੀਸੀਟੀਵੀ ਆ ਜਿਹੜੀ ਵੀਡੀਓ ਕਿਸੇ ਨੇ ਬਣਾਈ ਸੀ ਇੱਕ ਨੌਜਵਾਨ ਦਾ ਹੱਥ ਕੱਟ ਦਿੰਦੇ ਨੇ ਇਹਦੇ ਲਈ ਸਾਈਡ ਤੋਂ ਆਉਂਦੇ ਹੁੰਦੇ ਨੇ ਇਸ ਸਾਈਡ ਦੇ ਉੱਤੋਂ ਆਉਂਦੇ ਨੇ ਉਹ ਦੋ ਜਣੇ ਜਿਹੜੇ ਕਿ ਇੱਕ ਘਟਨਾ ਨੂੰ ਅજાਣ ਦਿੰਦੇ ਨੇ ਦੋ ਜਿਹੜੇ ਮੋਟਰਸਾਈਕਲ ਤੇ ਆਉਂਦੇ ਆ ਤਾਂ ਸ਼ਾਇਦ ਪਿੱਛੋਂ ਹੀ ਉਸ ਨੌਜਵਾਨ ਦੇ ਪਿੱਛੇ ਲੱਗੇ ਹੁੰਦੇ ਨੇ ਤਾਂ ਜਦੋਂ ਵਿਅਕਤੀ ਕਿ ਇਸ ਇਹ ਖਾਲੀ ਏਰੀਆ ਇੱਥੇ ਕੋਈ ਵੀ ਨਹੀਂ ਹੋਏਗਾ ਤਾਂ ਇੱਥੇ ਇਹਨੂੰ ਘੇਰ ਲਿੱਤਾ ਜਾਂਦਾ ਘੇਰਨ ਤੋਂ ਬਾਅਦ ਹੱਥ ਕੱਟ ਦਿੱਤਾ ਜਾਂਦਾ ਜਦੋਂ ਪੈਸੇ ਖੋਣ ਦੇ ਵਾਸਤੇ ਜਦੋਜੋਦ ਕੀਤੀ ਜਾਂਦੀ ਆ ਬਹਿਸ ਹੁੰਦੀ ਆ ਲੜਾਈ ਝਗੜਾ ਹੁੰਦਾ ਤਾਂ ਉਹਨਾਂ ਵੱਲੋਂ ਤਲਵਾਰ ਨਾਲ ਹੱਥ ਕੱਟ ਦਿੱਤੇ ਜਾਂਦੇ ਨੇ ਤਾਂ ਮਾਮਲਾ ਸਿਰਫ 10-15 ਹਜ਼ਾਰ ਦਾ ਕਿਹਾ ਜਾ ਰਿਹਾ ਹੈ ਕਿ 10-15 ਹਜ਼ਾਰ ਰੁਪਿਆ ਹੀ ਉਸ ਨੌਜਵਾਨ ਦੇ ਕੋਲ ਸੀ ਤਾਂ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਨੂੰ ਅਪਾਹਜ ਕਰ ਦਿੱਤਾ ਗਿਆ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੇਖਦੇ ਕਿ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤਾਂ ਕਾਰਵਾਈ ਜੇ ਨਹੀਂ ਕੀਤੀ ਗਈ ਤਾਂ ਕਦੋਂ ਤੱਕ ਕੀਤੀ ਜਾਏਗੀ ਕਿਉਂਕਿ ਜ਼ਿਆਦਾਤਰ ਇਹ ਕਿਹਾ ਜਾ ਰਿਹਾ ਹੈ ਕਿ ਜਾਂਚ ਕੀਤੀ ਜਾਏਗੀ ਜੜਾ ਵਰਜੀ ਕੇਸ ਹੋਵੇ ਪੁਲਿਸ ਵੱਲੋਂ ਜਾਂਚ ਦੀ ਗੱਲ ਜਰੂਰ ਕੀਤੀ ਜਾਂਦੀ ਆ ਤਾਂ ਦੇਖਦੇ ਪੁਲਿਸ ਅਧਿਕਾਰੀਆਂ ਨੇ ਕਿੰਨੀਕ ਜਾਂਚ ਅਮਰਚ ਲੈਂਦੀ ਆ ਤਾਂ ਪੁਲਿਸ ਚੌਕੀ ਦੇ ਬਾਹਰ ਅ ਪੁਲਿਸ ਅਧਿਕਾਰੀਆਂ ਵੱਲੋਂ ਕੀ ਜਾਂਚ ਕੀਤੀ ਗਈ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਜਰੂਰ ਦੇਖਦੇ ਹਾਂ ਕਿ ਕੌਣ ਹੈ ਸ਼ਖਸਨ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਜਰੂਰ ਦੇਖਦੇ ਹਾਂ ਕਿ ਮਾਮਲਾ ਕੀ ਸੀ ਸਭ ਤੋਂ ਪਹਿਲੀ ਗੱਲ ਹੈ ਸਰ ਸਭ ਤੋਂ ਪਹਿਲੇ ਦੱਸੋ ਕਿ ਇਹ ਮਾਮਲਾ ਕੀ ਸੀ ਜਿਹੜਾ ਹੋਇਆ ਜਿਹੜਾ ਹੱਥ ਕੱਟ ਦਿੱਤਾ ਗਿਆ ਇੱਕ ਨੌਜਵਾਨ ਦਾ ਕੀ ਸੀ ਸਾਰਾ ਇਹ ਤਾਂ ਇੱਕ ਲੜਕਾ ਸੀ ਪਲਵ ਵਿਸ਼ਵਾਸ ਜੀ son of ਨਿਗੰਦਰ ਨੌਰਾਨਾਥ ਵਿਸ਼ਵਾਸ ਇਹਨਾਂ ਇੱਕ ਬੰਦਲਾਂ ਬੈਂਕ ਆ ਜਿਹੜੇ ਕੋਈ ਜਨਾਨੀਆਂ ਨੂੰ 5000 10000 ਜਾਂ ਰੇੜੀ ਵਾਲਿਆਂ ਨੂੰ ਡੇਲੀ ਬੇਸ ਤੇ ਪੈਸੇ ਦਿੰਦੇ ਆ ਇਹ ਪ੍ਰਾਈਵੇਟ ਆ ਇਹ ਪ੍ਰਾਈਵੇਟ ਆ ਇਹਨਾਂ ਦਾ ਜਿਹੜਾ ਇੱਥੇ ਅੰਮ੍ਰਿਤਸਰ ਦਾ ਮੇਨ ਹੈਡ ਆਫਸ ਆ ਉਹ ਹੈਗਾ ਵਾ ਬਾਜਵਾ ਹਸਪਤਾਲ ਦੀ ਬੈਕ ਸਾਈਡ ਤੇ ਪ੍ਰਕਾਸ਼ ਅਖਬਾਰ ਵਿੱਚ ਤੇ ਇਹ ਮੁੰਡਾ ਜਿਹੜਾ ਨਾ ਰੋਜ਼ ਦੀ ਤਰ੍ਹਾਂ ਕਲੈਕਸ਼ਨ ਕਰਨ ਵਾਸਤੇ ਕਰੀਬ 7:30 ਵਜੇ ਮਸ਼ਹਰੇ ਤੋਂ ਨੰਗੜੀ ਨੂੰ ਜਾ ਰਿਹਾ ਸੀ ਕਲੈਕਸ਼ਨ ਕਰਨ ਵਾਸਤੇ ਕੁਝ ਕਲੈਕਸ਼ਨ ਕਰਕੇ ਲਿਆ ਆ ਸੀ ਤੇ ਕੁਝ ਕਲੈਕਸ਼ਨ ਕਰਨ ਜਾਣ ਰਿਹਾ ਸੀ ਪਿੱਛੇ ਤੋਂ ਦੋ ਬੰਦੇ ਸਨ ਸਪੈਂਟਰ ਮੋੜ ਸਕਦੇ ਇੱਕ ਨੇ ਜਿਹੜਾ ਪਿੱਛੇ ਬਿਠਾ ਸੀ ਉਹਨੇ ਨਿਹੰਗਾਂ ਵਰਗਾ ਨੀਲਾ ਬਾਣਾ ਪਾਇਆ ਸੀ ਤੇ ਦੋਵਾਂ ਨੇ ਸਿਰ ਤੇ ਪਰਨੇ ਬਧੇ ਸੀ ਤੇ ਮੂੰਹ ਬਧੇ ਸੀ ਉਹਨਾਂ ਦੇ ਅੱਗੇ ਆ ਕੇ ਉੱਥੇ ਜਿੱਥੇ ਜਸਪਾਲ ਡੇਰੀ ਆ ਨਿਸ਼ਾਰੇ ਲੱਗ ਉਹਦੇ ਕਲੋਨੀਆਂ ਦੇ ਬਾਹਰੋਂ ਨਿਸ਼ਾਰਾ ਕਲੋਨੀਆਂ ਦੇ ਬਾਹਰੋਂ ਉੱਥੇ ਆ ਕੇ ਡੱਕ ਕੇ ਉਹਦੇ ਕੋ ਖੋਹ ਕਰਨ ਦੀ ਨੀਅਤ ਨਾ ਕੀਤੀ ਕੋ ਪੈਸੇ ਨਹੀਂ ਉਹਦਾ ਬੈਗ ਹੁੰਦੇ ਸੀ ਉਹਨੇ ਬੈਗ ਨਹੀਂ ਛੱਡਿਆ ਉਹਨਾਂ ਨੇ ਕਿਰਪਾਨ ਵਾਰ ਕੇ ਤੇ ਉਹਦਾ ਗੋਟ ਲਾਤਾ ਮਤਲਬ ਬੈਗ ਹੱਥ 'ਚ ਫੜਿਆ ਸੀ ਤਾਂ ਉਹ ਹੱਥ ਹੀ ਲਾਤਾ ਨਾਲੋਂ ਜਿਹੜੇ ਅੱਜ ਬੈਗ ਫੜਿਆ ਹੱਜੀ ਹੱਥ ਹੀ ਲਾ ਦਿੱਤਾ ਬੈਗ ਕਿਉਂਕਿ ਉਹਦਾ ਹੱਥ ਉਹਨੇ ਨਾ ਇਹਦਾ ਬੈਗ ਸੀ ਉਹ ਟੈਂਕੀ ਦੇ ਉੱਪਰ ਰੱਖਿਆ ਸੀ ਤੇ ਇਤਨਾ ਵਾ ਸੱਜੇ ਹੱਥ ਦੇ ਨਾਲ ਬੈਗ ਨੂੰ ਫੜ ਲਿਆ ਹਾਂ ਠੀਕ ਹੈ ਨਾ ਜੀ ਤੇ ਉਹਨਾਂ ਨੇ ਜਦੋਂ ਕਿਰਪਾਨ ਦਾ ਵਾਰ ਕੀਤਾ ਉਹਨੇ ਬਚਾ ਲਈ ਆਪਣੀ ਸੱਜੀ ਬਾਹ ਉੱਪਰ ਕੀਤੀ ਜੀ ਤੇ ਉਹਦਾ ਗੁੱਟ ਜੜਾ ਉਹਨਾਂ ਨੇ ਬਾਹ ਨਾਲੋਂ ਅਲੱਗ ਕਰ ਦਿੱਤਾ ਤੇ ਉਹਦਾ ਬੈਗ ਉਹਦੇ ਵਿੱਚ ਇੱਕ ਟੈਨਸੀ ਤੇ 1500 ਰੁਪਇਆ ਲੈ ਕੇ ਤੇ ਉਹ ਜਿੱਥੇ ਉਹ ਮੜੀਆਂ ਪੈਂਦੀਆਂ ਨੇ ਉਹਦੇ ਨਾਲ ਹੀ ਉਦੋਂ ਫਰਾਰ ਹੋ ਗਿਆ। ਯਾਨੀ ਕਿ ਸਿਰਫ 1500 ਰੁਪਿਆ ਸੀ। ਸੁਣਨ ਚ ਪਹਿਲੇ ਮੇਰੇ ਨਾਲ ਮਿਲ ਰਿਆ ਸੀ ਕਿ 15000 ਹੈ। ਤਾਂ 1500 ਵਾਸਤੇ ਬਾਤ ਵੜ ਦਿੱਤਾ। ਉਹਨੂੰ ਉਹਨਾਂ ਨੂੰ ਪਤਾ ਵੀ ਬੈ ਜਿਆਦਾ ਪੈਸੇ ਹੋਣਗੇ। ਪਰ ਜਿਹੜਾ ਦੋਸ਼ ਅੱਜ ਦੇ ਕਟਨਾ ਹੋਈ ਹੈ ਜਿੱਦਣਾ ਜਿਹਦਾ ਹੱਥ ਵੱਡਿਆ ਗਿਆ ਉਹਦੇ ਵੱਲੋਂ ਕਿੰਨਾ ਦੱਸਿਆ ਗਿਆ ਤਾਂ? 1500 ਉਹਨਾਂ ਨੂੰ ਦੱਸਿਆ ਉਹਨੇ ਇੰਨੇ ਹੀ ਦੱਸਿਆ ਗਿਆ ਪੈਸੇ। ਬਾਕੀ ਉਹ ਹਿਸਾਬ ਕਰਕੇ ਕਹਿੰਦਾ ਮੈਂ ਦੇਖਾਂਗਾ। ਕਿਉਂਕਿ ਅਸੀਂ ਪੈਸੇ ਜੇ ਕਾਰ ਵੀ ਲਿੱਤਾ ਇਹ 2000 ਹੋ ਜਾਏਗਾ ਤੇ 3000 ਹੋ ਜਾਏਗਾ ਇਸ ਤੋਂ ਵੱਧ ਨਹੀਂ ਹੋ ਜੇ 1500 ਕਹਿ ਰਿਹਾ ਤਾਂ ਕਾਰਵਾਈ ਕੀ ਕੀਤੀ ਜੀ ਤਾਂ? ਉੱਤੇ ਜੀ ਦਫਾ 307 ਜੀ ਠੀਕ ਹੈ ਨਾ 378 20 341 34 ਆਈਪੀਐਸ ਤੋਂ ਮੰਗਵਾਲਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਦੀ ਭਾਲ ਵਾਸਤੇ ਕੱਲ ਵੀ ਤੇ ਅੱਜ ਵੀ ਕੈਮਰੇ ਚੈੱਕ ਕੀਤੇ ਰਹੇ ਉਹਦੇ ਵਿੱਚ ਕਾਫੀ ਫੁਟੇਜ ਤੁਹਾਨੂੰ ਜਿਹੜੀਆਂ ਉਹ ਮਿਲੀਆਂ ਨੇ ਉਹਨਾਂ ਦੀਆਂ ਠੀਕ ਆ ਅਸੀਂ ਹੁਣ ਫਿਰ ਦੁਬਾਰਾ ਕੈਮਰੇ ਚੈੱਕ ਕਰਕੇ ਨੰਬਰ ਮੋਟਰਸਾਈਕਲ ਟਰੇਸ ਕਰਕੇ ਉਫਰ ਦੇ ਜਲਦੀ ਜਲਦੀ ਲੋਕਾਂ ਦਾ ਇੱਕ ਗਿਲਾ ਵਾ ਕਿ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਜਾਂਚ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਾਂਚ ਹੀ ਹੁੰਦੀ ਰਹਿੰਦੀ ਹੈ ਜਲਦੀ ਕੱਬ ਹੋਣੀ ਆਂਦਾ ਕੁਝ ਤੁਹਾਡੇ ਹੀ ਮੁਲਾਜ਼ਮ ਦੇ ਨਾਲ ਇੱਕ ਦਿਨ ਪਹਿਲਾਂ ਇੱਕ ਘਟਨਾ ਹੋਈ ਹੈ ਗੱਡੀ ਚਲਾ ਦਿੱਤੀ ਗਈ ਸੀ ਉਹਦੀ ਵੀ ਜਾਂਚ ਹੋ ਰਹੀ ਹੈ ਉਸ ਤੋਂ ਪਹਿਲਾਂ ਇੱਕ ਲੜਕੀ ਨੂੰ ਗੋਲੀ ਮਾਰ ਕੇ ਛਾਤੀ ਉੱਤੇ ਤਾਂ ਪਿਸਤੌਲ ਉਹਦੇ ਉੱਤੇ ਰੱਖ ਦਿੱਤੀ ਜੋ ਉਹਦੀ ਵੀ ਜਾਂਚ ਹੋ ਰਹੀ ਹੈ ਤੇ ਜਾਂਚਾਂ ਚੱਲਦੀਆਂ ਐ ਇਹ ਜਾਂਚ ਸਿਰੇ ਕਦੋਂ ਚੜੀ ਮੇਰੇ ਦੋਸਤੋ ਅਸੀਂ ਵੇਨੇ ਆ ਸੀਸੀਟੀਵੀ ਦੀ ਫੁਟੇਜ ਜੀ ਸੀਸੀਟੀਵੀ ਦੀ ਫੁਟੇਜ ਪਹਿਲੇ ਦਿਨ ਜਿੱਦਣ ਲੜਕੀ ਦਾ ਮਰਡਰ ਹੋਇਆ ਵਾ ਜੀ ਸੀਸੀਟੀਵੀ ਦੀ ਫੁਟੇਜ ਦੇਖੀਆ ਤੇ ਗੱਡੀ ਉਸ ਵੇਲੇ ਚਾਗੀ ਆ ਜੀ ਜੀ ਵਰਨਾ ਗੱਡੀ ਬਲੈਕ ਕਲਰ ਦੀ ਅਸੀਂ 5-7 ਮਿੰਟ ਦੇ ਵਿੱਚ ਗੱਡੀ ਉਭਰਾਮਤ ਕਰ ਲਈ ਜੀ ਬੰਦੇ ਨਹੀਂ ਹੋਏ ਬਰਾਮਤ ਨਹੀਂ ਹੋਏ ਪਰ ਉਹਨਾਂ ਦੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦੇ ਘਰ ਬਾਰ ਬਾਰ ਰੇਡ ਕੀਤਾ ਗਿਆ ਉਹ ਜਿੰਦਰੀ ਮਾਰ ਕੇ ਘਰੋਂ ਫਰਾਰ ਨੇ ਜੀ ਠੀਕ ਹੈ ਨਾ ਇਹ ਵੀ ਅਸੀਂ ਮੌਕੇ ਦੇ ਵਾਰਦਾਤ ਵਾਲੀ ਜਗ੍ਹਾ ਤੇ ਕੁਝ ਮਿੰਟਾਂ ਵਿੱਚ ਪਹੁੰਚ ਗਏ ਸੀ ਜੀ ਜੀ ਉਸ ਤੋਂ ਬਾਅਦ ਗੁਨਾਨ ਖਸਤਾਲ ਉਹਦੇ ਗਏ ਉੱਥੇ ਬਿਆਨ ਲਏ ਇਹਦੇ ਨਾਲ ਦੇ ਲੜਕਾ ਜਿਹੜਾ ਪਿੱਛੇ ਆਉਂ ਰਿਹਾ ਸੀ ਮਕਾਮ ਮਾਮਲਾ ਦਰਜ ਕੀਤਾ ਹੁਣ ਸੀਸੀਟੀਵੀ ਫੁਟੇਜ ਸਾਰੀਆਂ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਮੋਟਰਸਾਈਕਲ ਦਾ ਜਿਹੜਾ ਨੰਬਰ ਆ ਬਹੁਤ ਹੀ ਮਾਰ ਆ ਯਾਨੀ ਕਿ ਕੋਸ਼ਿਸ਼ ਚੱਲਦੀ ਪਈ ਹੈ ਕਿ ਜਲਦੋ ਜਲਦ ਇਸੇ ਕਾਬੂ ਕਰ ਲਾਂਗੇ ਇੱਕ ਗੱਲ ਹੋਰ ਥਾਣੇ ਦੀਆਂ ਦੋ ਟੀਮਾਂ ਇੱਕ ਗੱਲ ਹੋਰ ਜੀ ਜੀ ਸੁਣੋ ਸੁਣੋ ਸਰ ਸੁਣੋ ਆਪਣੇ ਕੋਲ ਸਟਾਫ ਕਿੰਨਾ ਹੈ ਤਾਂ ਸਟਾਫ ਦੀ ਬਹੁਤ ਕਮੀ ਆ ਦੋ ਕਾਸਟੇਬਲ ਨੇ ਤੇ ਇੱਕ ਆਪਾਂ ਆ ਕਹਿੰਦੇ ਪੀਐਚਜੀ ਆ ਮੁੰਡਾ ਠੀਕ ਆ ਤੇ ਇੱਕ ਮੇਰੇ ਨਾਲ ਕੱਲ ਦਾ ਐਸਐਸਆਈ ਅਮਰ ਸਿੰਘ ਤੁਹਾਡੇ ਵਿੱਚ ਏਰੀਆ ਕਿੰਨਾ ਹੁੰਦਾ ਸਾਰਾ ਏਰੀਆ ਕਿੰਨਾ ਹੁੰਦਾ ਸਰ ਏਰੀਆ ਬਹੁਤ ਜ਼ਿਆਦਾ ਇਹਦੇ ਘੱਟੋ ਘੱਟ 10 15 ਮੁਲਾਜ਼ਮ ਚਾਹੀਦੇ ਆ ਉਹ ਚੌਂਕੀ ਦੇ ਵਿੱਚ ਚਾਹੀਦੇ ਆ ਬਿਲਕੁਲ 10 ਜਾਂ 15 ਮੁਲਾਜ਼ਮ ਚੌਂਕੀ ਦੇ ਵਿੱਚ ਚਾਹੀਦੇ ਨੇ ਤਾਂ ਹੈਗੇ ਚਾਰ ਸਵਾਲ ਇੱਥੇ ਸਰਕਾਰ ਦੇ ਉੱਤੇ ਵੀ ਖੜਾ ਹੁੰਦਾ ਹੈ ਪ੍ਰਸ਼ਾਸਨ ਦੇ ਉੱਤੇ ਸਵਾਲ ਤੇ ਅਸੀਂ ਕਰਦੇ ਹਾਂ ਖੜਾ ਕਿ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਪਿਆ ਪਰ ਸਰਕਾਰ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਸਰਕਾਰਾਂ ਜੇਕਰ ਸਟਾਫ ਵਧਾਉਂਦੀਆਂ ਨੇ ਤਾਂ ਫਿਰ ਵੀ ਅਸੀਂ ਮੌਕੇ ਦੇ ਉੱਤੇ ਜਗ੍ਹਾ-ਜਗ੍ਹਾ ਤੇ ਪਹੁੰਚ ਸਕਦੇ ਹਾਂ ਤਾਂ ਕੀ ਕ੍ਰ ਰੋਜ਼ ਹੀ ਸਿਰ ਚੁੱਕਦਾ ਕਿਤਨਾ ਕਿਤੇ ਰੋਜ਼ ਹੀ ਕ੍ਰਾਈਮ ਹੁੰਦਾ ਕਿਤੇ ਵਟੋ ਖੋਰੀਆ ਕਿਤੇ ਲੜਾਈ ਝਗੜੇ ਹੋ ਰਹੀ ਨੇ ਕਿਤੇ ਲੁਟਾ ਖੋਹਾ ਹੋ ਰਹੀਆਂ ਨੇ ਪਰ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਵੱਲੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕੀ ਕੀਤਾ ਜਾਏਗਾ ਕਦੋਂ ਤੱਕ ਇਹ ਜਿਹੜੀ دہشت ਫਲਾਣ ਵਾਲੇ ਲੋਕ ਨੇ ਲੋਕਾਂ ਦੇ ਦਿਲਾਂ 'ਚ ਇਹ ਪੁਲਿਸ ਦੇ ਹੱਥੀਂ ਚੜਦੇ ਨੇ ਕੈਮਰਾਮੈਨ ਦੀਪ ਦੇ ਨਾਲ ਸੁਖਚਾਨ ਸਿੰਘ ਨਿਸ਼ਾਰਾ ਬਨੂ ਅਮਰਸਾ